ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ, ਮੈਂ ਬਖਸ਼ੀਸ਼ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ 'ਤੇ ਸਵਾਗਤ ਕਰਦਾ ਹਾਂ। ਜਿਹੜੇ ਕਿਸਾਨ ਵੀਰ ਚੈਨਲ 'ਤੇ ਨਵੇਂ ਨੇ, ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ, ਬੈੱਲ ਵਾਲਾ ਬਟਨ ਜ਼ਰੂਰ ਦਬਾਏ ਤਾਂ ਜੋ ਵਧੀਆ ਤੋਂ ਵਧੀਆ ਹਰ ਇੱਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ। ਕਿਸਾਨ ਵੀਰੋ, ਥੋੜ੍ਹਾ ਜਿਹਾ ਦੋ ਕੁ ਦਿਨ ਆਪਾਂ ਆਲੂਆਂ ਦੇ ਕੰਮ ਦੇ ਵਿੱਚ ਥੋੜ੍ਹਾ ਬਿਜ਼ੀ ਰਹਾਂਗੇ, ਵੀਡੀਓ ਨਹੀਂ ਪਾ ਹੋਈ, ਪਰ ਹੁਣ ਦੁਬਾਰਾ ਤੋਂ ਆਪਣਾ ਜਿਹੜਾ ਵੀਡੀਓ ਦਾ ਦੌਰ ਆ ਉਹ ਆਪਾਂ ਸ਼ੁਰੂ ਕਰਾਂਗੇ। ਅਤੇ ਅੱਜ ਆਪਾਂ ਵੀਡੀਓ ਜਿਹੜੀ ਪਾਉਣੀ ਆ ਕਿਸਾਨ ਵੀਰੋ, ਆਪਾਂ ਆਲੂਆਂ ਦੇ ਨਾਲ ਰਿਲੇਟਡ ਪਾਉਣੀ ਹੈਗੀ, ਕਿਉਂਕਿ ਕਿਸਾਨ ਵੀਰਾਂ ਦੇ ਮੈਸੇਜ ਵਗੈਰਾ ਆਉਂਦੇ ਰਹਿੰਦੇ ਨੇ ਸੀਡ ਬਾਰੇ, ਮੱਕੀ ਦੇ ਬਾਰੇ ਵੀ। ਆਪਾਂ ਆਲੂਆਂ ਦੀ ਫਸਲ ਤੋਂ ਬਾਅਦ ਦੇਖੋ ਕਿਸਾਨ ਵੀਰੋ, ਹੁਣ ਪਹਿਲਾਂ ਤਾਂ ਮੱਕੀ ਨੇ ਦੋ ਤਿੰਨ ਸਾਲ ਮੱਕੀ ਘਾਟਾ ਪਾਉਂਦੀ ਰਹੀ ਆ, ਮੂੰਗੀ ਵਧੀਆ ਹੁੰਦੀ ਰਹੀ ਆ, ਪਰ ਦੋ ਕੁ ਸਾਲ ਮੂੰਗੀ ਨੇ ਦੇੜੇ ਦੰਦ ਖੱਟੇ ਕਰੇ ਨੇਗੇ, ਤਾਂ ਕਿਸਾਨ ਵੀਰ ਨੇ ਜਿਹੜੇ ਹੁਣ ਮੱਕੀ ਵਾਲੇ ਚੱਲ ਪਏ। ਤਾਂ ਕਿਸਾਨ ਵੀਰਾਂ ਦਾ ਮੈਸੇਜ ਇਹੀ ਆਉਂਦਾ ਗਾ, ਜਾਂ ਮਤਲਬ ਕਿ ਸਵਾਲ ਇਹੀ ਹੁੰਦਾ ਵੀ ਆਪਾਂ ਕਿਹੜੀ ਫਸਲ ਕਿਵੇਂ ਬੀਜੀਏ, ਵੀ ਕਿਹੜਾ ਸੀਡ ਬੀਜੀਏ। ਦੇਖੋ ਵੀਰੇ, ਬੀਜ ਸਾਰੀ ਵਧੀਆ ਨੇ ਆਪਣੀ ਜਗ੍ਹਾ 'ਤੇ, ਹਰ ਇੱਕ ਬੀਜ ਵਧੀਆ, ਕੋਈ ਪਕਾਵੀ 'ਚ ਬੈਸਟ ਆ, ਕੋਈ ਸਾਈਲੇਜ ਲਈ ਬੈਸਟ ਆ। ਕਈ ਵਾਰ ਤੁਸੀਂ ਦੇਖਿਓ ਵੀ ਸਾਈਲੇਜ ਵਾਲੀ ਵੀ ਪਕਾਵੀ ਉਹਨੂੰ ਪਕਾ ਲੈਂਦੇ ਨੇ, ਉਹ ਵਧੀਆ ਝਾੜ ਦੇ ਜਾਂਦੀ ਆ। ਕਈ ਵਾਰ ਪਕਾਵੀ ਬੀਜ ਲੈਂਦੇ ਆਪਾਂ, ਫਿਰ ਉਹ ਸਾਈਲੇਜ ਨੂੰ ਆਪਾਂ ਨੂੰ ਸੈੱਟ ਲੱਗਦੀ, ਆਪਾਂ ਸਾਈਲੇਜ ਨੂੰ ਦੇ ਦਿੰਦੇ, ਉਹ ਵੀ ਵਧੀਆ ਪੈਸਾ ਬਣਾ ਜਾਂਦੀ ਆ। ਦੇਖੋ ਮੇਨ ਮੁੱਦਾ ਕਿਸਾਨ ਵੀਰੋ, ਆਪਣਾ ਪੈਸੇ ਦੀ ਹੁੰਦਾ ਵੀ ਆਪਾਂ ਨੇ ਪੈਸਾ ਹੀ ਕਮਾਉਣਾ, ਇਹ ਤੁਹਾਨੂੰ ਵੀ ਪਤਾ। ਪਰ ਇੱਕ ਮੈਂ ਤੁਹਾਨੂੰ ਚੀਜ਼ ਦੱਸਦਾ ਵੀਰੇ, ਦੇਖੋ ਵੀਡੀਓ ਲੰਬੀ ਹੋ ਜੇ ਥੋੜ੍ਹੀ ਜਿਹੀ ਆਪਾਂ ਕਹਿ ਨਹੀਂ ਸਕਦੇ ਤੁਹਾਨੂੰ, ਪਰ ਮੈਂ ਅੱਜ ਲਾਈਵ ਵੀਡੀਓ ਤਾਂ ਹੀ ਬਣਾ ਰਿਹਾ ਕਿਉਂਕਿ ਇੱਕ ਮੈਂ ਆਪਣੇ ਏਰੀਏ ਦੇ ਵਿੱਚ ਵੀ ਦੇਖੋ ਸਾਰੇ ਕਿਤੇ ਆਪਾਂ ਇੱਕ ਚੀਜ਼ ਦੇਖ ਰਹੇਗੇ ਵੀਰੇ, ਇੱਕ ਚੀਜ਼ ਦੀ ਯਾਰ ਬਹੁਤ ਭੇਡ ਚਾਲ ਚੱਲੀ ਹੋਈ ਆ ਹੁਣ ਬੀਜ ਦੀ। ਕਿਉਂਕਿ ਪਿਛਲੇ ਸਾਲ ਪਕਾਵੀ ਮੱਕੀ ਦੇ ਵਿੱਚ 1899 ਬੀਜ ਨੇ ਬਹੁਤ ਵਧੀਆ ਝਾੜ ਦਿੱਤਾ, ਪਰ ਹੁਣ ਦੇਖੋ ਇਸ ਵਾਰ ਪਤਾ ਨਹੀਂ ਕੀ ਦਿੱਕਤ ਆ ਰਹੀ ਹੈ, ਖਾਣੀ ਤਾਂ ਯਾਰ ਕੰਪਨੀ ਨੇ ਸਟੋਕ ਹੀ ਨਹੀਂ ਬਣਾ ਸਕੀ ਕੰਪਨੀ, ਜਾਂ ਫਿਰ ਕੰਪਨੀ ਦੀ ਕੋਈ ਚਾਲ ਹੈ ਇਹ। ਕਿਉਂਕਿ ਜੇ ਆਪਾਂ ਦੇਖੀਏ ਵੀਰੇ, ਕੋਈ ਸੀਡ ਇਹੋ ਜਿਹਾ ਨਹੀਂ ਹੁੰਦਾ ਜਿਹੜਾ ਨਾ ਮਿਲੇ ਕਦੇ ਵੀ, ਪਰ ਇੰਨਾ ਕੁ ਤਾਂ ਤੁਸੀਂ ਦੇਖ ਸਕਦੇ ਹੋ ਵੀਰੇ ਵੀ ਕੰਪਨੀ ਦੇ ਸੀਡ ਪੱਖੋਂ ਹੱਥੀ ਖੜ੍ਹੇ ਹੋਏ ਪੈਣੇ, ਚਾਹੇ ਤੁਸੀਂ ਕੰਪਨੀ ਦੇ ਐਡਵਾਈਜ਼ਰਾਂ ਨਾਲ ਜਾਂ ਕਿਸੇ ਵੀ ਚੀਜ਼ ਨਾਲ ਗੱਲ ਸ਼ੇਅਰ ਕਰ ਲਓ, ਉਹ ਵੀ ਤੁਹਾਨੂੰ ਹੱਥ ਖੜ੍ਹੇ ਕਰ ਜਾਣਗੇ। ਕੋਈ ਦੁਕਾਨਦਾਰ, ਕੋਈ ਜਿਹੜਾ ਮਤਲਬ ਕਿ ਏਜੰਸੀ ਸਾਹਮੀ ਹੁੰਦੇ ਜਿਹਦੀ, ਉਹਦੇ ਨਾਲ ਗੱਲ ਕਰ ਲਓ, ਉਹ ਵੀ ਤੁਹਾਨੂੰ ਇਹੀ ਗੱਲ ਕਹਿ ਦਊ ਵੀਰੇ ਹੀਲਾ ਨਹੀਂ। ਪਰ ਮੈਂ ਤੁਹਾਨੂੰ ਵੀਰੇ ਇਹੀ ਗੱਲ ਕਹਿਣਾ, ਦੇਖੋ ਨੇਰਾ ਪੂਰਾ ਕਦੇ ਵੀ ਕਿਸੇ ਇੱਕ ਚੀਜ਼ ਪਿੱਛੇ ਕਦੇ ਨਹੀਂ ਪੈਂਦਾ ਹੁੰਦਾ। ਜੇ ਤੁਸੀਂ ਸੀਡ ਲੈਣਾ ਵੀ ਆ ਕੋਈ ਵੀ ਵਧੀਆ ਕੰਪਨੀ ਦਾ, ਦੇਖੋ ਸੀਡ ਦੇਖ ਕੇ ਤੁਸੀਂ ਲੈ ਲਓ, ਬੀਜ ਲਓ, ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ, ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੁੰਦਾ ਇਹ ਚੀਜ਼ਾਂ ਦਾ। ਆਪਾਂ ਕਿਹੜਾ ਦੇਖੇ ਹੀ ਆ ਵੀ ਹੁਣ ਇਸ ਵਾਰ ਵੀ 1899 ਜਿਹੜਾ ਉੱਨੀ ਵੈਸਟ ਝਾੜ ਦਊਗੀ। ਹੁਣ ਮੈਂ ਪਿਛਲੇ ਸਾਲ 1899 ਲਾਈ ਸੀ, ਪਰ ਮੈਂ ਸਾਈਲੇਜ ਨੂੰ ਬਣਾਤੀ ਸੀਗੀ, ਉਹਨੇ ਸਾਈਲੇਜ 'ਚ ਵੀ ਬਹੁਤ ਵਧੀਆ ਝਾੜ ਦੇਤਾ, 260-265 ਕੁਇੰਟਲ ਤੱਕ ਆਰਾਮ ਨਾਲ ਨਿਕਲੀ, ਨਾਲੇ ਕੋਈ ਇੰਨੀ ਜ਼ਿਆਦਾ ਉਹਦੀ ਮਲਾਈ ਨਹੀਂ ਸੀ ਹੋਈ ਕਿਉਂਕਿ ਉਹ ਪਕਾਮੀ ਕਰਕੇ ਮਲਦੀ ਘੱਟ ਹੈ, ਪਰ ਝਾੜ ਉਹਨੇ ਬਹੁਤ ਵਧੀਆ ਦਿੱਤਾ। ਜਿਹੜੀ ਹੁਣ ਆਪਾਂ ਵੀਰੇ ਦੇਖਦੇ ਹਾਂ ਵੀ ਸਾਈਲੇਜ ਵਾਸਤੇ ਸਪੈਸ਼ਲ, ਉਹ ਸਾਈਲੇਜ ਵਾਲੀ ਮੱਕੀ ਦੀ ਕੋਈ ਦਿੱਕਤ ਨਹੀਂ ਹੈਗੀ, ਉਹ ਤੁਹਾਨੂੰ ਮਿਲ ਜੂ ਆਰਾਮ ਨਾਲ। ਹੁਣ ਤੁਸੀਂ ਡਿਸਾਈਡ ਇਹ ਕਰੋ ਵੀ ਤੁਹਾਡੇ ਏਰੀਏ ਦੇ ਵਿੱਚ ਮਸ਼ੀਨਰੀ ਜ਼ਿਆਦਾ ਕਿਹੜੀ ਚੀਜ਼ ਹੈ, ਵੀ ਪਕਾਮੀ ਮੱਕੀ ਵੱਢਣ ਦੀ ਮਸ਼ੀਨਰੀ ਜ਼ਿਆਦਾ ਜਾਂ ਸਾਈਲੇਜ ਦੀ ਜ਼ਿਆਦਾ। ਜੇ ਤੁਹਾਡੇ ਏਰੀਏ ਦੇ ਵਿੱਚ ਸਾਈਲੇਜ ਦੀ ਡਿਮਾਂਡ ਵਧੀਆ ਤਾਂ ਤੁਸੀਂ ਸਾਈਲੇਜ ਵਾਲੀ ਮੱਕੀ ਬੀਜੋ, ਤੁਹਾਨੂੰ ਪਕਾਮੀ ਬੀਜਣ ਦੀ ਕੀ ਲੋੜ ਹੈ, ਤੁਹਾਨੂੰ ਵਧੀਆ ਪੈਸਾ ਉਹ ਵੀ ਬਣਾ ਜੂਗੀ। ਕਈ ਕੰਪਨੀਆਂ ਤਾਂ ਇਹੋ ਜਿਹੀਆਂ ਨੇ ਜਿਹੜੀਆਂ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ, ਤੁਹਾਡੇ ਖੇਤ 'ਚੋਂ ਵੱਢ ਕੇ ਲੈ ਜਾਣਗੀਆਂ ਕੰਟਰੈਕਟ ਕਰਕੇ ਤੁਹਾਡੇ ਨਾਲ। ਸਾਈਲੇਜ ਇੰਡਸਟਰੀਆਂ ਲੱਗ ਗਈਆਂ ਸਾਈਲੇਜ ਵਾਲੀਆਂ, ਕੋਈ ਹੁਣ ਤਾਂ ਖਾਸ ਸਮੱਸਿਆ ਹੀ ਨਹੀਂ ਰਹੀ ਇਹ ਚੀਜ਼ ਦੀ। ਪਹਿਲਾਂ ਤਾਂ ਹੁੰਦਾ ਸੀ ਇਕੱਲੇ ਫਾਰਮ ਵਾਲੇ ਸਾਈਲੇਜ ਖਰੀਦਦੇ ਸੀ, ਹੁਣ ਤਾਂ ਇੰਡਸਟਰੀ ਵਾਲੇ ਸਾਈਲੇਜ ਵਾਸਤੇ ਮੱਕੀ ਲੈਂਦੇ ਨੇਗੇ ਵਧੀਆ।
ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਰਹੀ। ਪਰ ਜੇ ਹੁਣ ਤੁਸੀਂ ਗੱਲ ਕਰੋ ਵੀ ਆਪਾਂ ਬੀਜਣੀਆਂ ਪਕਾਮੀਆਂ ਤਾਂ ਕਿਸਾਨ ਵੀ ਉਹ ਵਧੀਆ ਕਿਸਮਾਂ ਹੋਰ ਵੀ ਆਉਂਦੀਆਂ ਨੇ, ਤੁਸੀਂ ਵਧੀਆ ਕਿਸਮ ਬੀਜੋ। ਅਤੇ ਜਿਵੇਂ ਹੁਣ ਪਾਇਨੀਅਰ ਦੀ 1890 ਆ, ਉਹਦੀ ਵੀ ਡਿਮਾਂਡ ਬਹੁਤ ਹੈ, ਉਹ ਵੀ ਘੱਟ ਮਿਲ ਰਹੀ ਆ। ਉਹ ਵੀ ਮੰਨ ਕੇ ਪਕਾਮੀ ਵੀ ਵੱਢ ਸਕਦੇ ਹੋ ਤੁਸੀਂ, ਉਹਨੂੰ ਸਾਈਲੇਜ ਵਾਸਤੇ ਵੀ ਵੱਢ ਸਕਦੇ, ਦੋਨੇ ਵਧੀਆ ਝਾੜ ਆ ਦੋਨੇ ਪਾਸੇ। ਹੁਣ ਕੰਨ ਬਾਇਰ ਦੀ ਆਉਂਦੀ ਆ ਡਿਕਾਲਬ ਦੀ 9108 ਆਉਂਦੀ ਆ, 9208 ਆਉਂਦੀ ਹੈਗੀ। ਵਧੀਆ ਵਰਾਇਟੀਆਂ ਨੇ ਵੀਰੇ ਇਹ, ਬਹੁਤ ਜ਼ਿਆਦਾ ਕਈ ਵਰਾਇਟੀਆਂ ਦੇ ਮੈਨੂੰ ਨਾਮ ਨਹੀਂ ਯਾਦ, ਕਿਉਂਕਿ ਆਪਾਂ ਜ਼ਿਆਦਾਤਰ ਜਾਣਦੇ ਕਿਸਾਨ ਵੀ ਸਿਰਫ ਦੋ ਨੂੰ ਨੇ, ਬਾਇਰ ਜਾਂ ਆਪਣੇ ਪਾਇਨੀਅਰ, ਦੋ ਕੰਪਨੀਆਂ ਨੂੰ ਜ਼ਿਆਦਾ ਕਿਸਾਨ ਵੀਰ ਜਾਣਦੇ ਨੇ। ਤਾਂ ਆਪਾਂ ਜਿਹੜੀ ਵੀਡੀਓ ਹੈ ਦੋਨੇ ਕੰਪਨੀਆਂ ਵਾਸਤੇ ਪਾਈ ਆ, ਵੀ ਦੋਨਾਂ 'ਚੋਂ ਜਿਹੜਾ ਤੁਹਾਨੂੰ ਬੀਜ ਮਿਲਦਾ ਚੁੱਪ ਕਰਕੇ ਲੈ ਕੇ ਬੀਜ ਲਓ। ਦੂਜੇ ਨੰਬਰ 'ਤੇ ਗੱਲ ਆਉਂਦੀ ਆ ਬਲੈਕਿੰਗ ਦੀ ਵੀਰੇ, 1899 ਦਾ ਬੀਜ ਆ, 3,000-3,200 ਨੂੰ ਕਿਸਾਨ ਵੀਰ 4 ਕਿਲੋ ਦੀ ਥੈਲੀ ਦਾ ਮੰਗੀ ਜਾ ਰਹੇ ਨੇ ਕਿਸਾਨ ਵੀਰਾਂ ਤੋਂ, ਸੋਰੀ ਦੁਕਾਨਦਾਰ ਜਾਂ ਕੰਪਨੀ ਵਾਲੇ ਜਿਹਦੇ ਕੋਲ ਬੀਜ ਪਿਆ, ਇੰਨਾ ਕੁ ਜ਼ਿਆਦਾ ਡਿਮਾਂਡ ਆ ਇਹਦੀ ਹੋਈ ਪਈ ਆ। ਜਿਹੜੀ 2050 ਦੀ ਜਾਂ 2100 ਦੀ ਥੈਲੀ ਦੀ ਪਿਛਲੇ ਸਾਲ ਐਤਕੀ, ਉਹ ਥੈਲੀ ਆਪਣੀ ਮੰਨ ਕੇ ਚਲੋ 3100-3200 ਤੱਕ ਆਰਾਮ ਨਾਲ ਵਿਕਲੀ। ਅੱਧੇ ਤਾਂ ਬੈਠੇ ਨੇ ਹਜੇ ਤੱਕ ਮੇਰੇ ਵਰਗੇ ਵੀਰ ਵੀ, ਜਿਨ੍ਹਾਂ ਨੇ ਐਂ ਹੁੰਦਾ ਵੀ ਨਹੀਂ ਆਪਾਂ ਤਾਂ ਬੀਜਣੀ ਇਹੀ ਆ। ਪਰ ਕਿਸਾਨ ਵੀਰੋ ਦੇਖੋ, ਮੈਨੂੰ ਇਸ ਵਾਰ 1899 ਦਾ ਬੀਜ ਨਹੀਂ, ਜਦੋਂ ਮੈਂ 2-3 ਜਗ੍ਹਾ ਤੋਂ ਪਤਾ ਕਰਿਆ ਆਪਾਂ ਨੂੰ ਨਹੀਂ ਮਿਲਿਆ, ਆਪਾਂ ਲਿਆ ਕੇ 9908 ਬੀਜਤੀ ਵੀ ਪਕਾਮੀ ਦਾ ਵੀ ਝਾੜ ਇਹਦਾ ਵਧੀਆ ਦੱਸਦੇ ਨੇਗੇ, ਅਤੇ ਸਾਈਲੇਜ ਵਾਸਤੇ ਤਾਂ ਵਧੀਆ ਹੀ ਵਧੀਆ। ਬਾਕੀ ਦੇਖੋ ਜੋ ਪਰਮਾਤਮਾ ਨੂੰ ਮਨਜ਼ੂਰ ਆ, ਪਰ ਜ਼ਿਆਦਾ ਵੀਰੇ ਜਿਹੜੀ ਵਰਾਇਟੀ ਲਾਉਣੀ ਹੁੰਦੀ ਆ ਨਾ, ਤੁਸੀਂ ਉਸ ਦੀ ਅਗੇਤ ਪਛੇਤ ਦੇਖ ਕੇ ਲਾਇਆ ਕਰੋ ਵੀ ਟਾਈਮ ਪੀਰੀਅਡ ਜਿਹਦਾ ਘੱਟ ਆ ਉਹ ਵਰਾਇਟੀ ਤੁਸੀਂ ਲੇਟ ਕਰ ਸਕਦੇ ਹੋ। ਜਿਵੇਂ ਹੁਣ 1899 ਹੈਗੀ, ਇਹਨੂੰ ਤੁਸੀਂ ਜਿੰਨਾ ਗੇਤਾ ਵਧੀਆ ਲਾ ਲਓਗੇ ਫਰਵਰੀ ਦੇ ਮਹੀਨੇ 'ਚ, ਤੁਸੀਂ ਵਧੀਆ ਰਹੋਗੇ, ਵਧੀਆ ਝਾੜ ਆ। ਪਰ ਇੰਨਾ ਕੁ ਤੁਸੀਂ ਜ਼ਰੂਰ ਦੇਖ ਕੇ ਬੀਜ ਖਰੀਦੋ ਵੀ ਆਪਾਂ ਨੂੰ ਕੋਈ ਠੱਗੀ ਦਾ ਸ਼ਿਕਾਰ ਨਾ ਹੋਣਾ ਪਏ ਜੇ, ਆਪਾਂ ਨੂੰ ਰਗੜਾ ਨਾ ਲੱਗ ਜੇ। ਕਿਉਂਕਿ ਵੀਰਾਂ ਦੇ ਜਦੋਂ ਫੋਨ ਵਗੈਰਾ ਆਉਂਦੇ ਰਹਿੰਦੇ ਨੇ, ਆਪਾਂ ਉਹਨਾਂ ਨੂੰ ਸਲਾਹ ਵੀ ਆਹੀ ਦੇਂਦੇ ਆ ਵੀ ਵੀਰੇ ਨਿਰਾ ਪੂਰਾ ਕਿਸੇ ਪਿੱਛੇ ਲੱਗ ਕੇ ਬੀਜ ਨਾ ਕਦੇ ਵੀ ਖਰੀਦੋ। ਤੁਸੀਂ ਜਿਹੜੇ ਹਿਸਾਬ ਨਾਲ ਤੁਸੀਂ ਆਪਣੇ ਉਹਦੀ ਪ੍ਰੋਡਕਸ਼ਨ ਕਰਨੀ ਹੈਗੀ ਸਾਈਲੇਜ ਨੂੰ ਜਾਂ ਪਕਾਮੀ ਵਾਲਾ, ਤੁਸੀਂ ਉੱਦਾਂ ਦੇਖ ਕੇ ਪ੍ਰੋਡਕਸ਼ਨ ਕਰੋ, ਕੋਈ ਤੁਹਾਨੂੰ ਘਾਟੇ ਵਾਲਾ ਸੌਦਾ ਨਹੀਂ ਰਹਿਣਾ, ਵਧੀਆ ਸੌਦਾ ਹੈਗਾ। ਕਿਉਂਕਿ ਦੇਖੋ ਕਿਸਾਨ ਵੀਰ ਵਧੀਆ ਬਦਲਵੀ ਖੇਤੀ ਵੱਲ ਤੁਰੇ ਨੇਗੇ, ਤਾਂ ਆਪਾਂ ਨੂੰ ਉਹਨਾਂ ਦਾ ਸਾਥ ਵੀ ਦੇਣਾ ਬਣਦਾ ਹੈ। ਪਰ ਜੇ ਇੱਕ ਤਾਂ ਆਪਾਂ ਹੁਣ ਗੱਲ ਕਰੀਏ ਵੀ ਕਿਸਾਨ ਵੀਰ ਬਦਲਵੀ ਖੇਤੀ ਕਰਨ, ਉੱਤੋਂ ਨਹੀਂ ਆਪਾਂ ਰਗੜਾ ਲਾਈਏ, ਉਹਦਾ ਵੀ ਕੋਈ ਫਾਇਦਾ ਨਹੀਂ ਹੁੰਦਾ। ਹੁਣ ਕਿਸਾਨ ਵੀਰ ਠੇਕੇ ਠੂਕੇ 'ਤੇ ਜਿਹੜੀਆਂ ਮੇਰੇ ਵਰਗੇ ਜ਼ਮੀਨਾਂ ਲੈ ਕੇ ਵਾਹੁੰਦੇ ਨੇਗੇ, ਉਹਨਾਂ ਨੂੰ ਸਮੱਸਿਆ ਬਹੁਤ ਆ ਜਾਂਦੀ ਹੈ ਇਹ ਚੀਜ਼ ਦੀ। ਹੁਣ ਕਣਕ ਝੋਨੇ ਨਾਲ ਉਹਨਾਂ ਦਾ ਨਹੀਂ ਗੁਜ਼ਾਰਾ ਹੁੰਦਾ, ਅਤੇ ਹੁਣ ਜਿਹੜੇ ਆਲੂ ਵਾਲੇ ਵੀਰ ਨੇਗੇ, ਦੇਖੋ ਮਸਾਂ 2-3 ਸਾਲ ਬਾਅਦ ਇਸ ਵਾਰ ਥੋੜ੍ਹਾ ਜਿਹਾ ਰੇਟ ਅੱਪ ਰਿਹਾ ਹੈਗਾ, ਚਲੋ ਵਧੀਆ ਪਰਮਾਤਮਾ ਨੇ ਸੁਣੀ ਹੈ। ਪਹਿਲਾਂ ਤਾਂ ਕਿਸਾਨ ਵੀਰਾਂ ਨਾਲ ਵਧੀਆ ਮੰਨ ਕੇ ਚਲੋ ਕੰਪਨੀਆਂ ਨੇ ਬਹੁਤ ਵਧੀਆ ਨਹੀਂ ਕਰੀ ਹੈਗੀ, ਕੰਟਰੈਕਟ ਕਰਕੇ 6-6.5 ਰੁਪਈਏ ਤੱਕ, 7 ਰੁਪਏ ਤੱਕ ਲੈ ਆਲੂ ਲੈ ਲਿਆ, ਹੁਣ ਉਹੀ ਆਲੂ 11-12.5-13 ਰੁਪਈਏ ਤੱਕ ਵੀ ਸੌਦੇ ਹੋਲੇ ਕਿਲੋ ਦੇ। ਪਰ ਕੰਪਨੀਆਂ ਦਾ ਪਤਾ ਨਹੀਂ ਭਾਈ, ਕੰਪਨੀਆਂ ਦਾ ਕੋਈ ਉਹ ਆ ਜਾਂ ਫਿਰ ਵਪਾਰੀ ਇਹ ਨਹੀਂ ਕੁਛ ਕਰ, ਮਤਲਬ ਕਿ ਵਪਾਰੀ ਗੇਮ ਖੇਡਦੇ ਨੇ, ਇਹ ਤਾਂ ਹੁਣ ਰੱਬ ਏ ਜਾਣਦੇ। ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਤੁਹਾਨੂੰ ਇਹ ਗੱਲਾਂ ਦੱਸੀਆਂ ਨੇ, ਤੁਸੀਂ ਪੱਲੇ ਬੰਨ ਕੇ ਆਪਣਾ ਫਸਲ ਦਾ ਜਿਹੜਾ ਵਧੀਆ ਝਾੜ ਲਵੋਂਗੇ, ਵਧੀਆ ਫਸਲ ਬੀਜੋਗੇ। ਪਰ ਆਪਣੇ ਏਰੀਏ ਦੀ ਪਹਿਲਾਂ ਤੁਸੀਂ ਡਿਮਾਂਡ ਦੇਖੋ ਵੀ ਕਿਹੜੀ ਚੀਜ਼ ਆ, ਫਿਰ ਫਸਲ ਬੀਜੋ।
ਮੱਕੀ ਜਾਂ ਤਾਂ ਤੁਸੀਂ ਜੇ ਤੁਹਾਨੂੰ ਲੱਗਦਾ ਵੀ ਆਪਣੇ ਵੀ ਪਕਾਵੀ ਦੀ ਡਿਮਾਂਡ ਜ਼ਿਆਦਾ ਤਾਂ ਤੁਸੀਂ ਪਕਾਵੀ ਬੀਜ ਸਕਦੇ ਹੋ, ਜੇ ਤੁਹਾਨੂੰ ਲੱਗਦਾ ਵੀ ਸਾਈਲੇਜ ਵਾਲੀ ਦੀ ਜ਼ਿਆਦਾ ਤਾਂ ਤੁਸੀਂ ਸਾਈਲੇਜ ਬੀਜ ਸਕਦੇ ਹੋ। ਸਾਈਲੇਜ ਵਾਸਤੇ ਬਹੁਤ ਵਧੀਆ ਵਰਾਇਟੀਆਂ ਆਉਂਦੀਆਂ ਨੇ, ਬਹੁਤ ਵਧੀਆ ਬੀਜ ਨੇ, ਵਧੀਆ ਪੈਸੇ ਬਣਦੇ ਨੇ। ਇਹ ਨਹੀਂ ਹੈਗਾ ਵੀ ਉਹ 'ਚ ਪੈਸੇ ਘੱਟ ਬਣਗੇ, ਪੈਸੇ ਉਨੀ ਬਣ ਜਾਂਦੇ ਨੇਗੇ, ਪਰ ਥੋੜ੍ਹੀ ਜਿਹੀ ਆਪਾਂ ਨੂੰ ਮਨਸੰਸਾ ਹੋ ਜਾਂਦੀ ਹੈ। ਪਰ ਜੇ ਗੱਲ ਕਰੀਏ ਸਾਈਲੇਜ ਵਾਲੀ ਦਾ, ਆਪਾਂ ਵਾਹਣ ਵੀ ਆਪਣਾ ਖੇਤ ਵੀ ਘੱਟੋ ਘੱਟ ਪਕਾਮੀ ਨਾਲੋਂ ਮਹੀਨੇ ਤੋਂ ਡੇਢ ਮਹੀਨਾ ਪਹਿਲਾਂ ਵਿਹਲਾ ਕਰ ਲਵਾਂਗੇ। ਸਾਰਾ ਖੇਤ ਸਮਾਰਿਆ ਜਾਂਦਾ ਹੈਗਾ, ਖੇਤ 'ਚ ਹਵਾ ਪੈ ਜਾਂਦੀ ਹੈ, ਖੇਤ ਵਧੀਆ ਮਤਲਬ ਕਿ ਸੰਨਵਾਂ ਖੇਤ ਰਹਿਣ ਕਰਕੇ ਵਧੀਆ ਖੇਤ 'ਚ ਜਾਨ ਪੈ ਜਾਂਦੀ ਆ। ਉਮੀਦ ਆ ਕਿਸਾਨ ਵੀਰਾਂ ਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ। ਇਸੇ ਤਰ੍ਹਾਂ ਵੀਡੀਓ ਨੂੰ ਪਿਆਰ ਦਿੰਦੇ ਰਹੋ। ਧੰਨਵਾਦ।